ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਫਿਰ ਤੋਂ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਵਿੱਚ। ਅੱਜ ਅਸੀਂ ਤੁਹਾਨੂੰ ਦਿਖਾਵਾਂਗੇ ਕਿ ਆਪਣੇ ਜਿਹੜੇ ਹੁੰਦੇ ਨੇ ਕੁਸ਼ਨ ਕਵਰ, ਉਹਨਾਂ ਦੀ ਫਿਲਿੰਗ ਆਪਾਂ ਕਿਵੇਂ ਕਰ ਸਕਦੇ ਹਾਂ। ਜੇ ਤੁਹਾਡੇ ਕੋਲ ਰੂਮ ਨਹੀਂ ਆ ਜਾਂ ਫਾਈਬਰ ਨਹੀਂ ਆ ਘਰ ਦੇ ਵਿੱਚ, ਤਾਂ ਇਸ ਤਰ੍ਹਾਂ ਤੁਹਾਡੇ ਕੋਲ ਪੁਰਾਣੇ ਕੱਪੜੇ ਕੋਈ ਵੀ ਹੋਣ, ਆਹ ਮੈਂ ਕਾਫੀ ਸਾਰੇ ਕੱਟ ਕੇ ਰੱਖੇ ਹੋਏ ਆ, ਇਹਨਾਂ ਨੂੰ ਤੁਸੀਂ ਸਿਰਫ ਇਸ ਤਰ੍ਹਾਂ ਕੱਟਣਾ ਹੈਗਾ, ਬਰੀਕ ਬਰੀਕ ਕੱਟ ਲੈਣਾ ਅਤੇ ਇਹਦੇ ਨਾਲ ਫਿਲਿੰਗ ਕਰਨੀ ਆ। ਅਤੇ ਚਲੋ ਜੀ ਮੈਂ ਤੁਹਾਨੂੰ ਦਿਖਾਉਣੀ ਆ, ਇਹ ਕਾਫੀ ਸਾਰੇ ਹੋ ਚੁੱਕੇ ਆ। ਇਸ ਤਰ੍ਹਾਂ ਨਿੱਕਾ ਨਿੱਕਾ ਤੁਸੀਂ ਕੱਟ ਕੇ ਰੱਖ ਲੈਣੀ ਆ, ਕੋਈ ਜ਼ਿਆਦਾ ਟਾਈਮ ਨਹੀਂ ਲੱਗਦਾ ਇਹਦੇ 'ਤੇ। ਅਤੇ ਇਸ ਤਰ੍ਹਾਂ ਜੀ ਜਿੰਨਾ ਤੁਹਾਨੂੰ ਆਪਣਾ ਕੁਸ਼ਨ ਜਾਂ ਕੋਈ ਪਿੱਲੋ ਚਾਹੀਦਾ ਤਾਂ ਉਹਦਾ ਤੁਸੀਂ ਆਪਣੇ ਮੁਤਾਬਕ ਖੋਲ ਹੈ ਜਿਹੜਾ, ਇਹਨੂੰ ਛਾੜ ਕਹਿ ਦਿੰਦੇ ਆਪਾਂ, ਤਿਆਰ ਕਰ ਲੈਣਾ। ਚਾਰੇ ਸਾਈਡਾਂ ਤੋਂ ਇਹਨੂੰ ਸੀ ਕੇ ਇੱਕ ਇੱਕ ਸਾਈਡ ਤੋਂ ਮੈਂ ਇੱਥੋਂ ਖੁੱਲ੍ਹਾ ਰੱਖਿਆ ਹੋਇਆ ਆਹ ਵਾਲਾ। ਅਤੇ ਇਸ ਤਰ੍ਹਾਂ ਇਹਦੇ ਵਿੱਚ ਆਪਾਂ ਹੁਣ ਭਰਨਾ ਸ਼ੁਰੂ ਕਰਦੇ, ਫਿਰ ਮੈਂ ਤੁਹਾਨੂੰ ਦਿਖਾਉਣੀ ਹਾਂ ਇਸ ਤਰ੍ਹਾਂ ਕਰਕੇ ਇਹਨੂੰ ਉਹਦੇ ਵਿੱਚ ਭਰਦੇ ਜਾਣਾ ਤੁਸੀਂ। ਇਹ ਕਾਫੀ ਫੁੱਲ ਜਾਂਦੀ ਹੈ ਜੀ, ਬਰੀਕ ਬਰੀਕ ਹੁੰਦੀ ਹੈ ਨਾ, ਇਹਨੂੰ ਆਪਾਂ ਭਰ ਲੈਣਾ। ਅਤੇ ਚਲੋ ਜੀ ਮੈਂ ਤੁਹਾਨੂੰ ਫਿਰ ਦਿਖਾਉਣੀ ਹੈ, ਤੁਸੀਂ ਇਸ ਤਰ੍ਹਾਂ ਕਰਕੇ ਨਾ ਇਹ ਸੈੱਟ ਕਰ ਲੈਣਾ, ਬਿਲਕੁਲ ਹਲਕੇ ਹਲਕੇ ਹੱਥ ਨਾਲ ਬਰਾਬਰ ਪਾਉਂਦੇ ਜਾਣਾ। ਅਤੇ ਚਲੋ ਮੈਂ ਤੁਹਾਨੂੰ ਭਰ ਕੇ ਦੁਬਾਰਾ ਤੁਹਾਨੂੰ ਦਿਖਾਉਣੀ ਹੈ। ਫਿਰ ਦੇਖੋ ਜੀ ਆਹ ਆਪਣਾ ਜਿਹੜਾ ਹੈਗਾ ਸੀਗਾ ਪਿੱਲੋ ਕਵਰ, ਉਹਦੀ ਫਿਲਿੰਗ ਹੋ ਚੁੱਕੀ ਆ, ਅਤੇ ਦੇਖੋ ਬਹੁਤ ਸੋਫਟ ਸੋਫਟ ਬਣ ਕੇ ਤਿਆਰ ਹੋਏ ਆ। ਇਹਦੀ ਮੈਂ ਜਿੱਥੋਂ ਖੁੱਲ੍ਹਾ ਛੱਡਿਆ ਸੀ ਉੱਥੇ ਮੈਂ ਸੂਈ ਨਾਲ ਇਸ ਤਰ੍ਹਾਂ ਸਿਲਾਈ ਲਾ ਦਿੱਤੀ ਹੈ, ਅਤੇ ਇਹ ਬਹੁਤ ਹੀ ਹਲਕਾ ਫੁਲਕਾ ਜਿਹਾ ਬਣਿਆ ਜੀ। ਦੇਖੋ ਕਿੰਨਾ ਸੋਹਣਾ ਲੱਗ ਰਿਹਾ, ਅਤੇ ਆਪਣੀ ਕੋਈ ਇਹਦੇ 'ਤੇ ਖਰਚਾ ਵੀ ਨਹੀਂ ਆਇਆ, ਅਤੇ ਪੁਰਾਣੇ ਕੱਪੜੇ ਵੀ ਯੂਜ਼ ਕਰ ਸਕਦੇ ਹੋ, ਨਵੇਂ ਜਿਹੜੇ ਕੱਪੜੇ ਹੁੰਦੇ ਆ ਉਹਦੀ ਕਟਿੰਗ ਪਈ ਹੁੰਦੀ ਆ ਆਪਣੇ ਕੋਲ, ਛੋਟੀਆਂ ਛੋਟੀਆਂ ਕਤਰਾਂ ਹੁੰਦੀ ਆ ਉਹ ਯੂਜ਼ ਕਰ ਸਕਦੇ ਹੋ। ਅਤੇ ਇਹਦਾ ਕਵਰ ਜਿਹੜਾ ਉੱਪਰ ਵਾਲਾ ਵੀ ਮੈਂ ਤੁਹਾਨੂੰ ਬਣਾ ਕੇ ਦਿਖਾਉਂਗੀ, ਇੱਕ ਅੱਧੇ ਦਿਨ ਤੱਕ ਵੀਡੀਓ ਪਾਉਂਗੀ। ਅਤੇ ਇੱਕ ਜੀ ਮੈਂ ਇਸ ਤਰ੍ਹਾਂ ਗੱਦੀ ਤਿਆਰ ਕੀਤੀ ਹੋਈ ਹੈ ਬਣਾ ਕੇ, ਔਰ ਇਹਦੇ ਵਿੱਚ ਮੈਂ ਕੀ ਕੀਤਾ ਹੈਗਾ ਇਸ ਤਰ੍ਹਾਂ ਦੀ ਕਤਰਾਂ ਭਰ ਭਰ ਕੇ ਅਤੇ ਉਹਦੇ ਵਿੱਚ ਨਗਰੰਦੇ ਪਾ ਕੇ ਅਤੇ ਉਹਨੂੰ ਤਿਆਰ ਕੀਤਾ ਹੋਇਆ ਗੱਦੀ ਨੂੰ, ਅਤੇ ਉੱਪਰ ਇਹ ਕਵਰ ਇਹਦਾ ਚੜ੍ਹਾਇਆ ਹੋਇਆ ਨੀਚੇ ਇਸ ਤਰ੍ਹਾਂ ਮੈਂ ਬਣਾਈ ਹੋਈ ਆ। ਅਤੇ ਚਲੋ ਜੀ ਦੱਸਿਓ ਮੇਰੀ ਵੀਡੀਓ ਕਿਸ ਤਰ੍ਹਾਂ ਦੀ ਲੱਗੀ, ਸ਼ੇਅਰ ਕਰਿਓ, ਕਮੈਂਟ ਕਰਿਓ ਅਤੇ ਲਾਈਕ ਕਰਿਓ ਜੀ। ਥੈਂਕ ਯੂ ਜੀ।